ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਹਕੂਮਤਪੁਰੀ ਹੈਲਪਿੰਗ ਔਰਗੇਨਾਈਜੇਸ਼ਨ ਦੀ ਪੰਜਾਬ ਟੀਮ ਸਰਕਾਰੀ ਹਾਈ ਸਕੂਲ ਨੰਗਲ ਚੋਰਾਂ ਦੇ ਵਿੱਚ ਆਈ ਆ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇੱਥੋਂ ਦੇ ਸਟਾਫ ਨੇ ਸਾਨੂੰ ਇੱਕ ਰਿਕੁਐਸਟ ਕੀਤੀ ਸੀ। ਸਕੂਲ ਦੇ ਵਿੱਚ ਇਹ ਦੋ ਬਿਲਡਿੰਗਾਂ ਅਟੈਚ ਵਾ, ਇੱਕ ਸਰਕਾਰੀ ਐਲੀਮੈਂਟਰੀ ਸਕੂਲ ਆ ਅਤੇ ਇੱਧਰਲੀ ਸਾਈਡ 'ਤੇ ਜਿਹੜਾ ਸਰਕਾਰੀ ਹਾਈ ਸਕੂਲ ਆ, ਅਤੇ ਦੋ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਇੱਥੇ ਪੀਣ ਦਾ ਪਾਣੀ ਸੀ ਉਹ ਕਾਫੀ ਖਰਾਬ ਸੀ, ਪੀਣ ਯੋਗ ਨਹੀਂ ਸੀ। ਸਾਡੀ ਸੰਸਥਾ ਨੂੰ ਇਹਨਾਂ ਨੇ ਇੱਕ ਆਰ ਓ ਦੀ ਰਿਕੁਐਸਟ ਕੀਤੀ ਸੀ ਅਤੇ ਸਾਡੇ ਡੋਨਰਸ ਦੀ ਹੈਲਪ ਦੇ ਨਾਲ ਅਸੀਂ ਉਹ ਆਰ ਓ ਪ੍ਰੋਜੈਕਟ, ਜਿਹੜਾ 33ਵਾਂ ਆਰ ਓ ਪ੍ਰੋਜੈਕਟ ਵਾ, ਉਹ ਸਾਡੀ ਸੰਸਥਾ ਦੁਆਰਾ ਸਰਕਾਰੀ ਹਾਈ ਸਕੂਲ ਨੰਗਲ ਚੋਰਾਂ ਅਤੇ ਨਾਲ ਇਹ ਸਰਕਾਰੀ ਹਾਈ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਚੋਰਾਂ ਦੇ ਵਿੱਚ ਲਗਾ ਦਿੱਤਾ ਵਾ। ਟੋਟਲ ਹਾਈ ਸਕੂਲ 'ਚ 90 ਬੱਚੇ ਆ ਅਤੇ ਪ੍ਰਾਇਮਰੀ ਸਕੂਲ 'ਚ 52 ਬੱਚੇ ਆ। ਇਹ ਦੋਨੇ ਸਕੂਲਾਂ ਦੇ ਬੱਚੇ ਜਿਹੜੇ ਆ ਇਸ ਆਰ ਓ ਦਾ ਫਾਇਦਾ ਚੱਕਣਗੇ। ਬਹੁਤ ਬਹੁਤ ਧੰਨਵਾਦ ਦਾਨੀਵੀਰ ਸੱਜਣਾ ਦਾ, ਜਿਨ੍ਹਾਂ ਦੀ ਬਦੌਲਤ ਇਹ ਆਰ ਓ ਪ੍ਰੋਜੈਕਟ ਲੱਗਿਆ, ਕਿਉਂਕਿ ਬੱਚਿਆਂ ਦੀ ਸਿਹਤ ਸਭ ਤੋਂ ਪਹਿਲਾਂ ਵਾ। ਪਾਣੀ ਪੀਣ ਯੋਗ ਨਹੀਂ ਸੀ, ਟੀ ਡੀ ਐੱਸ ਜਿਹੜਾ ਵਾ ਉਹ 600 ਪਲੱਸ ਜਾ ਰਿਹਾ ਸੀ। ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਧੰਨਵਾਦ ਆ। ਅਤੇ ਜਿੰਨਾ ਵੀ ਪ੍ਰੋਜੈਕਟ ਵਾ ਡੋਨਰਸ ਦੀ ਹੈਲਪ ਦੇ ਨਾਲ ਪੋਸੀਬਲ ਹੋ ਰਿਹਾ ਵਾ, ਮੈਂ ਧੰਨਵਾਦ ਕਰੂੰਗਾ ਸਾਡੇ ਨਰਿੰਦਰ ਸੈਣੀ ਜੀ ਦਾ, ਅਰਜੇਸ਼ ਸੈਣੀ ਜੀ ਦਾ, ਬਲਵੀਰ ਹਮਪਾਲ ਜੀ ਦਾ, ਬੀਨਾ ਸੈਣੀ ਜੀ ਦਾ, ਸੁਰਿੰਦਰ ਖੱਖ ਜੀ ਦਾ, ਦਿਆਲ ਸੈਣੀ ਜੀ ਦਾ, ਡਾਕਟਰ ਸ਼ੈਲੀ ਸੈਣੀ ਜੀ ਦਾ, ਹਰੀ ਪ੍ਰੀਤਮ ਸਿੰਘ ਜੀ ਦਾ, ਪ੍ਰਤਾਪ ਸਿੰਘ ਜੀ ਦਾ, ਅਮਨਦੀਪ ਸੈਣੀ ਜੀ ਦਾ, ਜਸਪ੍ਰੀਤ ਬੰਗਾ ਜੀ ਦਾ, ਮੁਖਤਾਰ ਸਿੰਘ ਜੀ ਦਾ, ਰਕੇਸ਼ ਸੈਣੀ ਜੀ ਦਾ, ਤਨੂ ਸੈਣੀ ਜੀ ਦਾ। ਹੋਰ ਵੀ ਸਾਡੇ ਬਹੁਤ ਸਾਰੇ ਡੋਨਰਸ ਵਾ ਜਿਹੜੇ ਸਾਨੂੰ ਗੁਪਤ ਡੋਨੇਸ਼ਨ ਭੇਜਦੇ ਆ, ਪਰਮਾਤਮਾ ਉਹਨਾਂ ਦੀਆਂ ਵੀ ਕਮਾਈਆਂ 'ਚ ਬਰਕਤ ਪਾਵੇ। ਤੁਹਾਡੇ ਸਹਿਯੋਗ ਦੇ ਨਾਲ ਸਾਡੀ ਜਿਹੜੀ ਸੰਸਥਾ ਵਾ ਐਜੂਕੇਸ਼ਨ ਫੀਲਡ ਵਿੱਚ, ਉਹ ਚਾਹੇ ਮੰਥਲੀ ਰਾਸ਼ਨ ਦੀ ਸੇਵਾ ਹੋਵੇ, ਚਾਹੇ ਕਿਸੇ ਨੂੰ ਔਲਾਦ ਦੀ ਲੋੜ ਹੋਵੇ, ਹਮੇਸ਼ਾ ਨਿਰੰਤਰ ਕਾਰਜ ਕਰ ਰਹੀ ਆ। ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਆ। ਅਤੇ ਹੁਣ ਮੈਂ ਰਿਕੁਐਸਟ ਕਰੂੰਗਾ ਸ਼੍ਰੀ ਰਜੇਸ਼ ਕੁਮਾਰ ਜੀ, ਜੋ ਸਕੂਲ ਇੰਚਾਰਜ ਆ, ਉਹ ਦੋ ਸ਼ਬਦ ਜ਼ਰੂਰ ਕਹਿਣ। ਹਕੂਮਤਪੁਰੀ ਹੈਲਪਿੰਗ ਸੁਸਾਇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ, ਅਧਿਆਪਕ ਸਾਥੀਓ, ਤੁਹਾਡੇ ਯਤਨਾਂ ਸਦਕਾ, ਕਿਉਂਕਿ ਬਹੁਤ ਚਿਰ ਪਹਿਲਾਂ ਸਾਡੇ ਮੈਡਮ ਹੁਣੇ ਇੱਕ ਰਿਕੁਐਸਟ ਪਾਈ ਸੀ ਅਵਤਾਰ ਸਿੰਘ ਜੀ ਨੂੰ ਕਿ ਸਕੂਲ ਦਾ ਪਾਣੀ ਜਿਹੜਾ ਹੈਗਾ ਆ ਪੀਣ ਯੋਗ ਨਹੀਂ ਹੈਗਾ, ਕੁਆਲਿਟੀ ਅੱਛੀ ਨਹੀਂ ਹੈਗੀ, ਉਹ ਪਾਣੀ ਪੀ ਕੇ ਬੱਚੇ ਬਿਮਾਰ ਵੀ ਹੋ ਰਹੇ ਸੀਗੇ। ਸੋ ਸਾਨੂੰ, ਕਿਉਂਕਿ ਇਹ ਅੱਗੇ ਵੀ ਹੈਲਪ ਕਰਦੇ ਰਹੇ ਸਾਡੇ ਸਕੂਲ ਦੀ, ਅਸੀਂ ਕਿਹਾ ਵੀ ਚਲੋ ਇਸ ਮਕਸਦ ਲਈ ਵੀ ਅਸੀਂ ਇਹਨਾਂ ਨੂੰ ਪ੍ਰਸ਼ਨ ਪਾਇਆ, ਹੱਲ ਕੀਤਾ ਗਿਆ। ਸਾਡੇ ਸਕੂਲ ਦੇ ਵਿੱਚ ਆਰ ਓ ਲੱਗਾ ਆ, ਹਾਈ ਸਕੂਲ ਦੇ ਸਾਰੇ ਨਿਆਣੇ, ਪ੍ਰਾਇਮਰੀ ਸਕੂਲ ਦੇ ਸਾਰੇ ਨਿਆਣੇ ਸਾਫ਼ ਔਰ ਸਵੱਛ, ਸਾਫ਼ ਸੁਥਰਾ ਪਾਣੀ ਜਿਹੜਾ ਇਹਨਾਂ ਨੂੰ ਪੀਣ ਲਈ ਮਿਲ ਰਿਹਾ ਹੈਗਾ। ਜਿਨ੍ਹਾਂ ਵੀ ਡੋਨਰਸ ਰਾਹੀਂ ਇਹਨਾਂ ਸੱਜਣਾਂ ਨੇ ਇਸ ਸਕੂਲ ਦੇ ਵਿੱਚ ਆਰ ਓ ਲਗਾਇਆ ਹੈਗਾ ਆ, ਉਹਨਾਂ ਡੋਨਰਸ ਦਾ ਮੈਂ ਆਪਣੇ ਸਕੂਲ ਵੱਲੋਂ, ਆਪਣੇ ਸਟਾਫ ਵੱਲੋਂ, ਆਪਣੇ ਵਿਦਿਆਰਥੀਆਂ ਵੱਲੋਂ ਤਹਿ ਦਿਲੋਂ ਬਹੁਤ ਹੀ ਸ਼ੁਕਰਗੁਜ਼ਾਰ ਹੈਗਾ ਆ। ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਕਿ ਨਿਆਣਿਆਂ ਨੂੰ ਜਿਹੜਾ ਸਵੱਛ ਪਾਣੀ ਜਿਹੜਾ ਹੈਗਾ ਪੀਣ ਨੂੰ ਮਿਲ ਰਿਹਾ ਹੈਗਾ ਆ। ਅਤੇ ਮੈਂ ਇੱਦਾਂ ਹੀ ਆਸ ਕਰਦਾ ਹੈਗਾ ਅਗਾਂਹ ਵੀ ਸਕੂਲ ਦੇ ਵਿਦਿਆਰਥੀਆਂ ਲਈ ਜਿੰਨੀਆਂ ਵੀ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਆ, ਜਿੰਨਾ ਵੀ ਇਹ ਪੋਸੀਬਲ ਹੈਗਾ ਆ, ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਸਕੂਲ ਦੇ ਬੱਚਿਆਂ ਦਾ, ਉਹਨਾਂ ਦੀਆਂ ਜਿੰਨੀਆਂ ਵੀ ਜ਼ਰੂਰਤਾਂ ਆ, ਮੈਕਸੀਮਮ ਤੋਂ ਮੈਕਸੀਮਮ ਹੱਲ ਕਰ ਸਕਦੇ ਆ। ਅਤੇ ਮੈਂ ਉਮੀਦ ਕਰਦਾ ਅਗਾਂਹ ਤੋਂ ਵੀ ਕਰਦੇ ਰਹਿਣਗੇ। ਇੱਕ ਵਾਰੀ ਫਿਰ ਜਿੰਨੇ ਵੀ ਐਕਟਿਵ ਸਾਡੇ ਸਾਥੀ ਹੈਗੇ ਆ ਹਕੂਮਤਪੁਰੀ ਸੁਸਾਇਟੀ ਦੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਪੈਸ਼ਲੀ ਡੋਨਰਸ ਦਾ, ਕਿਉਂਕਿ ਉਹਨਾਂ ਦੀ ਜਿਹੜੀ ਨੇਕ ਕਮਾਈ ਹੈਗੀ ਆ ਉਹਨਾਂ ਬਿਨਾਂ ਇਹ ਕੁਛ ਨਹੀਂ ਹੈਗੇ, ਔਰ ਜਿੱਥੇ ਉਹ ਆਪਣੀ ਨੇਕ ਕਮਾਈ ਲਗਾਉਣੀ ਚਾਹ ਰਹੇ ਆ, ਉਹਨਾਂ ਦੀ ਨੇਕ ਕਮਾਈ ਨੂੰ ਇਨ ਬਿਨ ਉੱਥੇ ਥਾਂ ਦੇ ਉੱਤੇ ਲਗਾਉਣ ਲਈ ਇਹ ਜਿਹੜੇ ਸਾਥੀ ਆਪਣਾ ਪੂਰਾ ਯੋਗਦਾਨ ਦੇ ਰਹੇ ਆ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ।